ਮੈਂ ਡਾਕਟਰ ਅਪਿੰਦ ਸਿੰਤਲ ਨੂੰ ਡਾਇਰੈਕਟਰ ਖੇਤਰੀ ਖੋਜ ਕੇਂਦਰ ਅਤੇ ਅਸੋਸੀਏਟ ਡੀਨ ਆਫ ਐਗਰੀਕਲਚਰ ਇੰਸਟੀਚਿਊਟ ਗੁਰਦਾਸਪੁਰ ਇੱਥੇ ਕੰਮ ਕਰ ਰਿਹਾ ਕਿਉਂਕਿ ਇਹ ਸਾਡਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਬਹੁਤ ਹੀ ਪੁਰਾਣਾ ਇੱਕ ਖੋਜ ਕੇਂਦਰ ਹੈ ਇਹ ਜਿਹੜਾ ਕੇਂਦਰ ਹੈ ਐਗਰੀਕਲਚਰ ਐਕਸਪੈਰੀਮੈਂਟ ਰਿਸਰਚ ਸਟੇਸ਼ਨ ਦੇ ਨਾਂ ਤੇ 1910 ਵਿੱਚ ਸਥਾਪਿਤ ਕੀਤਾ ਗਿਆ ਸੀ ਉਸਦੇ ਪਹਿਲੇ ਜਿਹੜੇ ਡਾਇਰੈਕਟਰ ਸੀ ਡਿਪਟੀ ਡਾਕਟਰ ਆਫ ਐਗਰੀਕਲਚਰ ਸਰਦਾਰ ਖੜਕ ਸਿੰਘ ਜੀ ਉਹਨਾਂ ਨੇ ਇਸ ਨੂੰ ਬਹੁਤ ਅਗਾਂਵੰਦ ਸੋਚਨਾ ਬਣਾਇਆ ਸਭ ਤੋਂ ਪਹਿਲਾਂ ਜਿਹੜਾ ਗੰਨੇ ਦਾ 도ਗਲੀ ਕਿਸਮ ਦਾ ਬੀਜ ਸੀ 205 ਇਸ ਸਟੇਸ਼ਨ ਤੋਂ ਰਸੂਲਪੁਰ ਜਿਹੜਾ ਸਾਡਾ ਪਾਕਿਸਤਾਨ ਦੇ ਵਿੱਚ ਉੱਥੋਂ ਪੈਦਾ ਕਰਕੇ ਲੋਕਾਂ ਨੂੰ ਦਿੱਤਾ ਉਸ ਤੋਂ ਬਾਅਦ ਇਹ ਤਿੰਨ ਹਦਾਕੇ ਜਿਹੜਾ ਵਾ ਵੱਖਰੇ ਵੱਖਰੇ ਤਰ੍ਹਾਂ ਦੇ ਤਜਰਬੇ ਕਰਦੇ ਰਹੇ ਜੋ ਵੀ ਉਹਦੇ ਵਿੱਚ ਜਾਦਾ ਫਾਊਂਡੇਸ਼ਨ ਬੀ ਅਤੇ ਜਿਹੜੀਆਂ ਇੱਥੋਂ ਦੀਆਂ ਲੋੜਾਂ ਵਾਂ ਗੁਜਰਾਤ ਜਿਹੜਾ ਪਾਕਿਸਤਾਨ ਦੇ ਵਿੱਚ ਆ ਉੱਥੋਂ ਸ਼ੁਰੂ ਹੋ ਕੇ ਅੰਮਾਲੇ ਤੱਕ ਇਹ ਸਾਰੀਆਂ ਲੋਕਾਂ ਦੀਆਂ ਲੋੜਾਂ ਜਾਂ ਕਹਿ ਲੋ ਭੀ ਖੋਜ ਦੇ ਕੰਮ ਜਿਹੜੇ ਇੱਥੇ ਹੁੰਦੇ ਰਹਿ ਉਸ ਤੋਂ ਬਾਅਦ ਪਹਿਲੇ ਜਿਹੜੇ ਬਰੀਡਰ ਡਾਕਟਰ ਰਾਮਤਾਨ ਸਿੰਘ ਉਹਨਾਂ ਨੇ ਆਣ ਕੇ ਇੱਥੇ ਜਿਹੜੀ ਨਵੀਂ ਜਿਹੜੀ ਖੋਜ ਆ ਉਹ ਪਹਿਲੇ ਬਰੀਡਰ ਸੀ ਉਹਨਾਂ ਨੇ ਵੱਖਰੇ ਵੱਖਰੇ ਤੌਰ ਤੇ ਜਿਹੜੀਆਂ ਵੈਰੈਟੀਆਂ ਕੱਢੀਆਂ ਔਰ ਜਿਹੜੀਆਂ ਸਾਡੀਆਂ ਕਣਕ ਦੀਆਂ ਵੈਰੈਟੀਆਂ ਸੀਗੀਆਂ ਆ 1944 ਚ ਇੱਥੇ ਕੱਢੀ ਗਈ ਸੀ 285 1960 ਸੀ 286 99 ਚ ਇਸੇ ਤਰ੍ਹਾਂ ਫਿਰ ਡਬਲਯੂ ਜੀ ਵੈਰਾਈਟੀਆਂ 357 1971 ਚ ਡਬਲਯੂ ਜੀ 370 1972 ਦੇ ਵਿੱਚ ਜਿਹੜੀ ਇੱਥੇ ਖੋਜ ਹੋਈ ਔਰ ਉਸ ਤੋਂ ਬਾਅਦ ਇਹ ਦੇ ਵਿੱਚ ਡਾਕਟਰ ਸਾਡੇ ਜਿਹੜੇ ਐਮ ਐਸ ਰੰਧਾਵਾ ਉਹਨਾਂ ਨੇ ਇਸ ਨੂੰ origignal research station ਦਾ ਨਾਮ ਦਿੱਤਾ ਔਰ ਇਹ ਕਣਕ ਤੇ ਫਰੂਟ ਦਾ ਰਿਸਰਚ ਸਟੇਸ਼ਨ ਹੁੰਦਾ ਸੀਗਾ ਉਸ ਤੋਂ ਬਾਅਦ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਡੇ ਕੋਲ ਇਸ ਵੇਲੇ 6 ਬਰੀਡਰ ਕੰਮ ਕਰ ਰਹੇ ਨੇ ਅਰਸੀਂ ਹਰ ਫਸਲ ਦੇ ਉੱਤੇ ਜਿਹੜੀਆਂ ਹਾੜੀ ਸੌਣੇ ਦੀਆਂ ਫਸਲਾਂ ਉੱਥੇ ਖੋਜ ਕਰਦੇ ਆ ਕਿਉਂਕਿ ਇੱਥੇ ਸਾਮਮੋਂਟੇਨੀਅਸ ਜ਼ੋਨ ਦਾ ਇਹ ਸੈਕੰਡ ਜ਼ੋਨ ਦੇ ਵਿੱਚ ਆਉਣ ਕਰਕੇ ਕੋਈ ਵੀ ਵੈਰਾਈਟੀ ਕੋਈ ਵੀ ਟੈਕਨੋਲੋਜੀ ਅਸੀਂ ਕੱਢਣੀ ਆ ਉਹਦੇ ਵਾਸਤੇ ਜਿਹੜਾ ਇੱਥੇ ਉਹਦੀ ਟੈਸਟਿੰਗ ਉਹਦੀ ਬਰੀਡਿੰਗ ਜਿਹੜੀ ਹੋਣੀ ਇੱਥੇ ਜ਼ਰੂਰੀ ਆ ਕਿਉਂਕਿ ਇੱਥੇ ਬਾਰਿਸ਼ ਜ਼ਿਆਦਾ ਹੁੰਦੀ ਆ ਔਰ ਸਾਡੇ ਕੋ ਇਸ ਵੇਲੇ ਇੱਥੇ ਵੱਖ-ਵੱਖ ਤਰ੍ਹਾਂ ਦੇ 15 ਸਾਇੰਟਿਸਟ ਕੰਮ ਕਰ ਰਹੇ ਨੇ ਇੱਥੇ ਸਾਡੇ ਕੋ ਜਿਹੜਾ ਸਾਡਾ ਖੇਤੀਬਾੜੀ ਵਿਗਿਆਨ ਕੇਂਦਰ ਹੈ ਉਹ ਵੀ ਸਭ ਤੋਂ ਪੰਜਾਬ ਦਾ ਸਭ ਤੋਂ ਪੁਰਾਣਾ ਖੇਤੀਬਾੜੀ ਵਿਗਿਆਨ ਕੇਂਦਰ 1982 ਦਾ ਕੰਮ ਕਰ ਰਿਹਾ ਹੈ ਇਸੇ ਤਰ੍ਹਾਂ ਇੱਕ ਐਗਰੀਕਲਚਰ ਇੰਸਟੀਚਿਊਟ ਜਿਹੜੀ 1993-94 ਤੇ ਇੱਥੇ ਸਟੈਬਲਿਸ਼ ਕੀਤੀ ਗਈ ਸੀ ਬੱਚਿਆਂ ਨੂੰ ਵਿੱਦਿਆ ਦੇਣ ਵਾਸਤੇ ਇਸ ਵੇਲੇ ਇਸ ਇੰਸਟੀਚਿਊਟ ਦੇ ਵਿੱਚ ਅਸੀਂ ਜਿਹੜਾ ਵਾ 6 ਸਾਲਾਂ ਐਗਰੀਕਲਚਰ ਦਾ ਪ੍ਰੋਗਰਾਮ ਕਰਾ ਰਹੇ ਆ ਔਰ ਉਹਦੇ ਵਿੱਚ 6 ਸਾਲ ਦੇ ਬੱਚੇ ਸਾਡੇ ਕੋਲ 65 ਕ ਸੀਟਾਂ ਨੇ ਔਰ ਉਹ ਜਿਹੜੇ 2 ਸਾਲ ਇੱਥੇ ਲਾਉਂਦੇ ਨੇ ਤੇ 4 ਸਾਲ ਉੱਥੇ ਲਾਉਂਦੇ ਨੇ ਇਸੇ ਤਰ੍ਹਾਂ ਜਿਹੜੀ ਸਾਡੀ ਪ੍ਰਾਣੀ ਹਿਸਟਰੀ ਵੱਲ ਜਾਈਏ ਤੇ 1936 ਦੀ ਕੈਮੀਕਲ ਲੈਬਾਰਟਰੀ ਦੇ ਨਾਮ ਦੇ ਉੱਤੇ ਇੱਥੇ ਜਿਹੜੀ 1936 ਦੀ ਹੁਣ ਸਾਇੰਸ ਲੈਬਾਰਟਰੀ ਆਪਾਂ ਕਹਿੰਦੇ ਆ ਉਹ ਸਟੈਬਲਿਸ਼ਡ ਹੈ ਇਸੇ ਤਰ੍ਹਾਂ ਬਾਗਬਾਨੀ ਦੀ ਗੱਪਾਂ ਗੱਲ ਕਰੀਏ ਤੇ ਉਹ ਜਿਹੜੀ ਸਾਡੀ 28 1928-29 ਦਾ ਇੱਥੇ ਬਾਗਬਾਨੀ ਦਾ ਕੰਮ ਜਿਹੜਾ ਵਾ ਉਹ ਵੱਖਰੇ-ਵੱਖਰੇ ਥਾਵਾਂ ਤੋਂ ਆਂਬ, ਲੀਚੀ ਦੇ ਬੂਟੇ ਲਿਆ ਕੇ ਇੱਥੇ ਲਗਾਏ ਗਏ ਔਰ 73-74 ਦੇ ਵਿੱਚ ਫਿਰ ਅਸੀਂ ਇੱਥੇ ਜਿਹੜਿਆਂ ਅੱਛੇ ਫਲਦਾਰ ਬੂਟਿਆਂ ਦੀ ਜਿਹੜੀ ਨਰਸਰੀ ਵੀ ਅਗਾਉਣੀ ਸ਼ੁਰੂ ਕੀਤੀ ਐਸ ਵੇਲੇ ਸਾਡੇ ਕੋਲ ਆਂਬ, ਲੀਚੀ ਤੇ ਪੱਤਝੜ ਦੇ ਜਿਹੜੇ ਫਲਦਾਰ ਬੂਟੇ ਨੇ ਉਹਦੇ ਵਿੱਚ 나ਖ, ਆੜੂ, ਅਲੂਚਾ ਤੇ ਅਸੀਂ ਜਿਹੜਾ ਨਿੰਬੂ ਜਾਤੀ ਦੇ ਜਿਹੜੇ ਫਲਦਾਰ ਅਸੀਂ ਇੱਥੇ ਤਿਆਰ ਕਰਕੇ ਲੋਕਾਂ ਨੂੰ ਮਹਿਿਆ ਕਰਾਉਨੇ ਆ। ਉਹ ਸਭ ਤੋਂ ਵੱਡਾ ਜਿਹੜਾ ਸਾਡਾ ਬਰੀਡਿੰਗ ਦਾ ਪ੍ਰੋਗਰਾਮ ਹੈ ਉਹ ਕਣਕ ਦਾ ਇੱਥੇ ਜਿਆਦਾ ਫਿਰ ਇਸ ਨਾਲ ਧਾਲਾਂ ਦਾ ਵਾ ਫਿਰ ਤੇਲ ਬੀਜਾਂ ਦਾ ਵਾ ਗੰਨੇ ਦਾ ਵੀ ਕਿਉਂਕਿ ਸਾਡੇ ਕੋਲ ਆਲੇ ਦੁਆਲੇ ਕਾਫੀ ਏਰੀਆ ਸਾਡੇ ਜ਼ਿਲ੍ਹੇ ਦਾ ਜਾਂ ਦੂਸਰੇ ਜ਼ਿਲ੍ਹਿਆਂ ਵਿੱਚ ਇੱਥੇ 8 ਮਿਲਾਂ ਜਿਹੜੀਆਂ ਵਾਂ ਕੁਝ ਸਹਾਇਕ ਸਰਕਾਰੀ ਨੇ ਕੁਝ ਪ੍ਰਾਈਵੇਟ ਨੇ ਉਹ ਕੰਮ ਕਰ ਰਹੀਆਂ ਗੰਨੇ ਦਾ ਵੀ ਅਸੀਂ ਇੱਥੇ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਵਾ ਔਰ ਜੋ ਵੀ ਪ੍ਰੋਬਲਮ ਕੋਈ ਵੀ ਨਵੀਂ ਟੈਕਨੋਲੋਜੀ ਆਉਂਦੀ ਆ ਉਹ ਇੱਥੇ ਪਹਿਲਾਂ ਟੈਸਟ ਹੋ ਕੇ ਤੇ ਫਿਰ ਉਹਦੀ ਜਿਹੜੀ ਆ ਆਪਾਂ ਪੰਜਾਬ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਉਹਨੂੰ ਰਿਲੀਜ਼ ਕਰਦੇ ਆ ਇਸ ਵਰਚੁਅਲ ਕਿਸਾਨ ਮੇਲੇ ਵਿੱਚ ਜਿੰਨੇ ਵੀ ਮੇਰੇ ਦਰਸ਼ਕ ਕਿਸਾਨ ਵੀਰ ਜੁੜੇ ਹੋਏ ਨੇ ਉਹ ਇਹ ਮੈਂ ਜਾਣਕਾਰੀ ਉਹਨਾਂ ਵਾਸਤੇ ਸਾਂਝੀ ਕਰ ਰਿਹਾ ਧੰਨਵਾਦ